ਪੰਜਾਬੀ ਦੇ ਮਸ਼ਹੂਰ ਗਾਇਕ ਸਾਰਥੀ ਕੇ ਨੂੰ ਇੱਕ ਝਟਕਾ ਲੱਗਿਆ ਹੈ। ਦਰਅਸਲ ਜਿਸ ਫਲੈਟ ਨੂੰ ਉਹ ਆਪਣਾ ਦੱਸ ਰਿਹਾ ਸੀ, ਅਦਾਲਤ ਨੇ ਉਸ ਫਲੈਟ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਨੇ। ਦਰਅਸਲ ਕਿਰਾਏ ਤੇ ਸਾਰਥੀ ਕੇ ਨੇ ਮੋਹਾਲੀ ਦੇ ਵਿੱਚ ਇੱਕ ਫਲੈਟ ਲਿਆ ਸੀ, ਫਿਰ ਉਸ ਫਲੈਟ ਤੇ ਹੌਲੀ ਹੌਲੀ ਕਬਜ਼ਾ ਕਰ ਲਿਆ। ਕੋਰਟ ਕਚਹਿਰੀਆਂ ਦੇ ਤੱਕ ਮਾਮਲਾ ਪਹੁੰਚ ਗਿਆ ਤਾਂ ਹੁਣ ਅਦਾਲਤ ਵੱਲੋਂ ਇਹ ਫਲੈਟ ਨੂੰ ਖਾਲੀ ਕਰਵਾਇਆ ਗਿਆ। ਪੁਲਿਸ ਦੀ ਮੌਜੂਦਗੀ ਦੇ ਵਿੱਚ ਇਹ ਐਕਸ਼ਨ ਕੀਤਾ ਗਿਆ। ਮੋਹਾਲੀ ਦੇ ਸੈਕਟਰ 91 ਸਥਿਤ ਇੱਕ ਸੁਸਾਇਟੀ ਦੇ ਵਿੱਚ ਕਿਰਾਏ ਦੇ ਫਲੈਟ ਤੇ ਕਬਜ਼ਾ ਕਰਨ ਦੇ ਮਾਮਲੇ ਦੇ ਵਿੱਚ ਮੋਹਾਲੀ ਜ਼ਿਲ੍ਹਾ ਅਦਾਲਤ ਨੇ ਮਸ਼ਹੂਰ ਗਾਇਕ ਸਾਰਥੀ ਕੇ ਨੂੰ ਵੱਡਾ ਝਟਕਾ ਦਿੱਤਾ। ਅਦਾਲਤ ਦੇ ਹੁਕਮਾਂ ਤੋਂ ਬਾਅਦ ਅੱਜ ਗਾਇਕ ਤੋਂ ਪੁਲਿਸ ਦੀ ਮੌਜੂਦਗੀ ਦੇ ਵਿੱਚ ਫਲੈਟ ਖਾਲੀ ਕਰਵਾ ਲਿਆ ਗਿਆ। ਦੋਸ਼ ਇਹ ਨੇ ਕਿ ਗਾਇਕ ਸਾਰਥੀ ਕੇ ਨੇ ਨਾ ਸਿਰਫ ਦਿਲ ਦੇ ਮਰੀਜ਼ ਦੇ ਫਲੈਟ ਤੇ ਕਬਜ਼ਾ ਕੀਤਾ ਸੀ, ਸਗੋਂ ਉਸ ਨੂੰ ਅਦਾਲਤਾਂ ਅਤੇ ਥਾਣਿਆਂ ਦੇ ਚੱਕਰ ਕੱਟਣ ਦੇ ਲਈ ਵੀ। ਮੋਹਾਲੀ ਦੇ ਸੈਕਟਰ 91 ਦੇ ਵਿੱਚ ਇਹ ਸੁਸਾਇਟੀ ਹੈ ਜਿੱਥੇ ਇੱਕ ਫਲੈਟ ਦੇ ਵਿੱਚ 2016 ਦੇ ਵਿੱਚ ਦਵਿੰਦਰ ਸਿੰਘ ਸੈਣੀ ਤੋਂ 2 ਸਾਲ ਦੇ ਲਈ ਕਿਰਾਏ ਦਾ ਮਕਾਨ ਲਿਆ ਸੀ, ਜਿਸ ਦਾ ਸਮਝੌਤਾ ਸਾਲ 2018 ਤੱਕ ਸੀ। ਪਰ 2 ਸਾਲ ਬਾਅਦ ਗਾਇਕ ਨੇ ਕਿਰਾਇਆ ਨਹੀਂ ਦਿੱਤਾ, ਨਾ ਹੀ ਮਕਾਨ ਖਾਲੀ ਕੀਤਾ, ਭਾਵੇਂ ਕਿ ਉਹ ਖੁਦ ਹੀ ਕੋਰਟ ਪਹੁੰਚ ਕੇ ਸਟੇ ਲੈ ਚੁੱਕਾ ਸੀ। ਹੁਣ ਅਦਾਲਤ ਦੀਆਂ ਸਖ਼ਤ ਹਦਾਇਤਾਂ ਤੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਫਲੈਟ ਖਾਲੀ ਕਰਵਾਇਆ ਗਿਆ ਅਤੇ ਵੀਡੀਓਗ੍ਰਾਫੀ ਵੀ ਕਰਵਾਈ ਗਈ। ਮਕਾਨ ਦੇ ਮਾਲਕ ਦਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਉਹ ਨਾ ਤਾਂ ਕਦੇ ਥਾਣਿਆਂ 'ਚ ਗਿਆ ਸੀ, ਨਾ ਹੀ ਕੋਰਟ ਕਚਹਿਰੀਆਂ 'ਚ, ਪਰ ਇਸ ਗਾਇਕ ਨੇ ਉਸ ਨੂੰ ਦੋਵੇਂ ਦਿਖਾ ਦਿੱਤੇ। ਉਹਨਾਂ ਇਹ ਵੀ ਕਿਹਾ ਕਿ ਬੇਸ਼ੱਕ ਅਦਾਲਤ ਨੇ ਫਲੈਟ ਖਾਲੀ ਕਰਵਾ ਦਿੱਤਾ, ਪਰ 20-22 ਲੱਖ ਦੇ ਕਿਰਾਏ 'ਤੇ ਫੈਸਲਾ ਆਉਣਾ ਬਾਕੀ ਹੈ। ਕੁੱਲ ਮਿਲਾ ਕੇ 2018 ਤੋਂ ਬਾਅਦ ਗਾਇਕ ਸਾਰਥੀ ਕੇ ਨੇ ਇਸ ਫਲੈਟ ਦਾ ਕਿਰਾਇਆ ਨਹੀਂ ਦਿੱਤਾ, ਜੋ ਹੁਣ 20-22 ਲੱਖ ਤੱਕ ਪਹੁੰਚ ਗਿਆ। ਹੁਣ ਇਸ 'ਤੇ ਫੈਸਲਾ ਕਦੋਂ ਆਵੇਗਾ, ਇਸ 'ਤੇ ਵੀ ਨਜ਼ਰਾਂ ਬਣੀਆਂ ਰਹਿਣਗੀਆਂ। ਪੰਜਾਬੀ ਦੇ ਮਸ਼ਹੂਰ ਗਾਇਕ ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਵਿਦੇਸ਼ ਦੇ ਵਿੱਚ ਦਿਲ ਦਾ ਦੌਰਾ ਪਿਆ ਸੀ, ਉਹਨਾਂ ਨੇ ਮੋਹਾਲੀ ਦੇ ਵਿੱਚ ਇੱਕ ਫਲੈਟ ਦੱਬਿਆ ਹੋਇਆ ਸੀ, ਖੁਦ ਅਦਾਲਤ ਵਿੱਚ ਪਹੁੰਚ ਕੇ ਸਟੇ ਵੀ ਲੈ ਚੁੱਕੇ ਸਨ। ਆਪਣਾ ਇਹ ਫਲੈਟ ਦੱਸ ਰਹੇ ਸੀ, ਉਸ ਤੋਂ ਬਾਅਦ ਫਲੈਟ ਦਾ ਮਾਲਕ ਕੋਰਟ ਪਹੁੰਚ ਗਿਆ, ਜਿਸ ਦੇ ਵੱਲੋਂ ਇਸ ਮਾਮਲੇ ਦੀ ਪੈਰਵਾਈ ਕੀਤੀ ਗਈ। ਤਾਂ ਹੁਣ ਅਦਾਲਤ ਦੇ ਹੁਕਮਾਂ ਤੋਂ ਬਾਅਦ ਪੁਲਿਸ ਦੀ ਮੌਜੂਦਗੀ ਦੇ ਵਿੱਚ ਮਸ਼ਹੂਰ ਗਾਇਕ ਸਾਰਥੀ ਕੇ ਦਾ ਫਲੈਟ ਖਾਲੀ ਕਰਵਾਇਆ ਗਿਆ। ਜੋ ਗਾਇਕ ਆਪਣਾ ਦੱਸ ਰਿਹਾ ਸੀ, ਉਹ ਹੁਣ ਫਲੈਟ ਅਸਲੀ ਮਾਲਕਾਂ ਦੇ ਹਵਾਲੇ ਕੀਤਾ ਗਿਆ। ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਰਹਿ ਰਹੇ ਇੱਥੇ ਫਲੈਟ 'ਚ ਰਹਿ ਰਹੇ ਸੀ, ਇਹ ਇੱਕ ਮਸ਼ਹੂਰ ਸਿੰਗਰ ਹੈ। ਚਲੋ ਕਿਸੇ ਦੇ ਵਿਅਕਤਿਤਵ ਬਾਰੇ ਆਪਾਂ ਕਹਿੰਦੇ ਚੰਗੇ ਨਹੀਂ ਲੱਗਦੇ, ਪਰ ਕੀ ਸਾਥੀ ਤੇ ਜਿਹੜੇ ਇਹ ਸਿੰਗਰ ਹੈ, ਅੱਜ ਕੱਲ੍ਹ ਦੇ ਬੱਚੇ ਇਹਨਾਂ ਨੂੰ ਦੇਖ ਕੇ ਬੜਾ ਇੰਸਪਾਇਰ ਹੁੰਦੇ ਆ, ਪਰ ਇਹਨਾਂ ਦੇ ਅੰਦਰੋਂ ਕੀ ਹਾਲਾਤ ਹੈ ਆਪਾਂ ਨੂੰ ਦੇਖਣ ਨੂੰ ਭਲਾਭਾਂਤੀ ਦੇਖਣ ਨੂੰ ਮਿਲ ਰਿਹਾ। ਕਿਸੇ ਇੱਕ ਹਾਰਟ ਅਟੈਕ ਦੇ ਪੇਸ਼ੈਂਟ ਦਾ ਮਕਾਨ ਆਪਾਂ ਨੇ ਨੱਪਿਆ ਹੋਇਆ, 20 ਸਾਲ ਤੋਂ ਅਗਲਾ ਇਹ ਮਕਾਨ ਵਾਸਤੇ ਜੱਦੋਜਹਿਦ ਕਰ ਲਿਆ, ਸਰਕਾਰਾਂ ਨੇ ਲੱਖਾਂ ਰੁਪਇਆ ਇਹਨਾਂ ਵੱਲ ਜਿਹੜਾ ਕਿਰਾਇਆ ਖੜਾ ਹੋਇਆ ਉਹਦੀ ਰਿਕਵਰੀ ਅਲੱਗ ਪਈ ਹੋਈ ਹੈ, ਤੇ ਇਹਨਾਂ ਨੂੰ ਸਗੋਂ ਦੀ ਕੋਰਟ ਕੇਸ ਇਹਨਾਂ ਅਗੇਂਸਟ ਹੀ ਪਾ ਕੇ ਥਾਣਿਆਂ 'ਚ ਇਹਨਾਂ ਦੇ ਅਗੇਂਸਟ ਹੀ ਜਾ ਕੇ ਇਹਨਾਂ ਨੂੰ ਹੀ ਤੰਗ ਕਰ ਰਹੇ ਸੀ ਲਿਜਾ ਕੇ, ਪਰ ਕੋਰਟਾਂ ਨੇ ਆਪਣੀ ਭਲੀ ਮਾਨਸੀ ਦਿਖਾਉਂਦੇ ਹੋਏ, ਕੋਰਟਾਂ ਨੇ ਆਪਣਾ ਕੰਮ ਕਰਦੇ ਹੋਏ ਇਹਨਾਂ ਦੇ ਹੱਕ 'ਚ ਫੈਸਲਾ ਸੁਣਾਇਆ। ਪੁਲਿਸ ਸਟੇਸ਼ਨ ਜਿਹੜੇ ਇਹਨਾਂ ਨੂੰ ਗੇੜੇ ਮਾਰਨੇ ਪਏ ਜਾਂ ਕੋਰਟਾਂ 'ਚ ਗੇੜੇ ਮਾਰਨੇ ਪਏ, ਉਹ ਇੱਕ ਤ੍ਰਾਸਦੀ ਹੈ, ਬਟ ਐਂਡ ਆਫ ਦਾ ਡੇ ਇਹਨਾਂ ਦੇ ਹੱਕ ਵਿੱਚ ਫੈਸਲਾ ਆਇਆ। ਰਿਕਵਰੀ ਸੂਟ ਵੀ ਹੁਣ ਅਸੀਂ ਫਾਈਲ ਕਰ ਰਹੇ ਹਾਂ, ਰਿਕਵਰੀ ਵੀ ਹੋਊਗੀ, 20-22 ਲੱਖ ਰੁਪਏ ਦਾ ਕਿਰਾਇਆ ਰਿਕਵਰ ਕਰਾਉਣਾ, ਉਹਦੇ ਵੀ ਅਸੀਂ ਅਜੇ ਕੇਸਿਸ ਪਾਵਾਂਗੇ, ਪਾਈ ਵੀ ਹੋਏ ਅੱਗੇ ਪਾਵਾਂਗੇ।
ਕਿਸੇ ਹੋਰ ਦੇ ਨਾਮ ਤੇ ਸੀ, ਉਹਨਾਂ ਨੇ ਖਾਲੀ ਕਰਤਾ ਸੀ, ਫਿਰ ਸਾਥੀ ਨੇ ਆਪਣੇ ਨਾਮ ਤੇ ਲਿਆ ਸੀ, ਉੱਥੇ ਉਹਦਾ ਪੂਰਾ ਪਰਿਵਾਰ ਉਹਦੇ ਨਾਲ ਦਿੱਤਾ ਸੀ। ਹਾਂਜੀ ਐਗਰੀਮੈਂਟ ਹੋਇਆ ਸੀ, 18 ਚ ਐਗਰੀਮੈਂਟ ਖਤਮ ਹੋ ਗਿਆ। ਉਹ ਤੋਂ ਬਾਅਦ ਉਹਨੂੰ ਕਹਿੰਦੇ ਰਹੇ ਰਿਨਿਊ ਕਰਨ ਲਈ, ਰਿਨਿਊ ਵੀ ਨਹੀਂ ਸੀ ਕਰਾਇਆ। ਇਹ ਲਿੱਤੇ ਨੂੰ ਤਾਂ 15 ਸਾਲ ਹੋ ਗਿਆ ਜੀ, ਕਿਹਨੇ ਲਿਆ ਸੀ? ਕਿਰਾਇਆ ਨੀ ਸੀ ਦੇ ਰਿਹਾ, ਇੱਕ ਦੋ ਵਾਰੀ ਰਿਕੁਐਸਟ ਵੀ ਕੀਤੀ ਹੱਥ ਜੋੜ ਕੇ, ਪਹਿਲੇ ਤਾਂ ਕਹਿੰਦਾ ਮੈਂ ਖਾਲੀ ਕਰ ਦਾਂਗਾ, ਬਾਅਦ ਚ ਹੀ ਡਰਾਈ ਲੈਣ ਉਲਟੇ ਗਾਲੀ ਗਲੋਚ ਕੀਤੀ। ਪੁਲਿਸ ਚ ਰਿਪੋਰਟ ਕੀਤੀ ਮੇਰੇ ਅਗੇਂਸਟ, ਆਮ ਸਫਰਿੰਗ ਫਰੋਮ ਹਾਰਟ ਅਟੈਕ, ਤੇ ਮੈਨੂੰ ਰਾਧਰ ਕਾਫੀ ਪ੍ਰੋਬਲਮ ਰਹੀ ਹੈਲਥ ਦੀ। ਬਾਹਰ ਗਿਆ ਸੀਗਾ ਮੈਂ, ਬਾਹਰ ਉਹਨੂੰ ਆਉਣਾ ਪਿਆ ਸਪੈਸ਼ਲੀ ਇਹਦੇ ਲਈ, ਤੇ ਬੱਚੇ ਵੀ USA ਗਿਆ ਸੀ। ਕਿਰਾਇਆ ਕਿੰਨਾ ਸੀ ਜਿਹੜਾ ਤੁਹਾਡਾ ਪੈਂਡਿੰਗ? ਕਿਰਾਇਆ ਮੇਰੇ ਕੋਲ ਕੋਰਟ ਨੇ ਆਰਡਰ ਕੀਤੇ ਜਿਹੜੇ 20-22 ਲੱਖ ਹੈ, ਜਿਸ ਤਰ੍ਹਾਂ ਦਾ ਹਾਲਾਤ ਹੈ ਮੈਨੂੰ ਤਾਂ ਲੱਗਦਾ ਨਹੀਂ। ਪਤਾ ਨੀ ਕੋਰਟ ਹੁਣ ਕੀ ਕਰਦਾ ਜੀ, ਮੇਰੇ ਲਈ ਵੀ ਪਹਿਲਾ ਐਕਸਪੀਰੀਅੰਸ ਹੈ ਜੀ ਲਾਈਫ ਦਾ।